ਤਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਆਤਿੱਤੀਆਂ ਨਵੀਆਂ ਤਾਜ਼ੀਆਂ ਖਬਰਾਂ ਟੱਪਰੇ ਲੈ ਕੇ ਅੱਜ ਕੱਲ ਕਰਾਂਗੇ ਇੱਕ ਵਾਰੀ ਫੇਰ ਉਸ ਡਰੱਗ ਰੈਕਟ ਦੀ ਜੀਨੇ ਪੰਜ ਸਾਲਾਂ ਤੋਂ ਪੂਰੇ ਪੰਜਾਬ ਨੂੰ ਭੰਬਲ ਪੁੱਛੇ ਪਾਈ ਰੱਖਿਆ 30000 ਤੋਂ ਲੈ ਕੇ 50000 ਕਰੋੜ ਰੁਪਏ ਤੱਕ ਦੀ ਸਮਗਲਿੰਗ ਦਾ ਇਲزام ਪੰਜਾਬ 'ਤੇ ਲਗਦਾ ਆ ਰਿਹਾ ਕਿ ਇੰਨੇ ਦੀ ਡਰਗ ਪੰਜਾਬ 'ਚ ਲੱਗਦੀ ਆ ਹਰ ਸਾਲ ਹਾਲਾਂਕਿ ਇਹਦੇ ਪਿੱਛੇ ਕੋਈ ਸਾਇੰਟਿਫਿਕ ਤੱਥ ਜਾਂ ਸਬੂਤ ਨਹੀਂ ਲੇਕਿਨ ਬਹੁਤ ਸਾਰੀਆਂ ਜਵਾਨੀਆਂ ਗਰਪ ਗਈਆਂ ਇਸ ਨਸ਼ੇ ਦੇ ਚੱਕਰ 'ਚ ਘਰ ਬਰਬਾਦ ਹੋ ਗਏ ਮਾਵਾ ਜਿਹੜੀਆਂ ਸੀ ਉਹ ਆਪਣੇ ਪੁੱਤਾਂ ਤੋਂ ਵਿਛੜ ਗਈਆਂ ਘਰਾਂ ਦੇ ਘਰ ਵਿਕ ਗਏ ਬੈਂਕਾਂ ਦੀਆਂ ਚੁਰਕੀਆਂ ਹੋਈਆਂ ਬਹੁਤ ਕੁਝ ਹੋਇਆ ਲੇਕਿਨ ਸਰਕਾਰ ਸ਼ਾਸਨ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਫਰਕੀ ਉਹਦੋਂ ਵੀ ਜਦੋਂ ਇਹ ਲੋਕ ਕਿਹੜੇ ਡਰਗ ਤਸਕਰੀਚ ਸ਼ਾਮਲ ਸੀ ਖਾਸ ਤੌਰ ਤੇ ਉਹ ਜਿਹੜੇ ਯੂਨੀਫਾਰਮ ਪਾਉਂਦੇ ਸੀ ਉਹਨਾਂ ਦਾ ਰੋਲ ਸਾਹਮਣੇ ਆਇਆ ਫੇਰ ਵੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਮੈਨੂੰ ਇਹ ਲੱਗਦਾ ਕਿ ਹਾਈ ਕੋਰਟ ਨੇ ਬੰਦ ਲਾਪੇ ਭਾਵੇਂ ਖੋਲ ਦਿੱਤੇ ਭਾਵੇਂ 50 ਸਾਲਾਂ ਬਾਅਦ ਹੀ ਖੋਲੇ ਲੇਕਿਨ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਇੱਕ ਸੋਣੀ ਚਾਹੀਦੀ ਸੀ ਜਿਨ੍ਹਾਂ ਲੋਕਾਂ ਬਾਰੇ ਰਿਸਪੈਕਟੇਬਲ ਆਨਰੇਬਲ ਹਾਈ ਕੋਰਟ ਨੂੰ ਕੋਈ ਗਾਈਡਲਾਈਨ ਦੇਣੀਆਂ ਚਾਹੀਦੀਆਂ ਸੀ ਕਿ ਇਸ ਕੇਸ ਵਿੱਚ ਅੱਗੇ ਕਿਵੇਂ ਤੁਰਿਆ ਜਾਵੇ ਉਹ ਨਹੀਂ ਆਈਆਂ ਉਹਨਾਂ ਦੀ ਗੈਰ ਮਜਬੂਰੀ ਸਰਕਾਰਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਕਿ ਜੀ ਸਾਡਾ ਤਾਂ ਸਕੋਪ ਇਨਕੀ ਜਿਨਾਬਤਾਂ ਨੂੰ ਕੋਰਟ ਨੇ ਕਿਹਾ ਅਸੀਂ ਉਹਨਾਂ ਕਰਤਾ ਬਾਕੀ ਕੋਰਟ ਜਾਣੇ ਆਪਣੀ ਇੱਕ ਉਸ ਲਿਮਟ ਤੋਂ ਅੱਗੇ ਜਾਣ ਦੀ ਗੱਲ ਸਰਕਾਰ ਤੇ ਸਰਕਾਰ ਦੇ ਅਹੁਦੇਦਾਰ ਕਦੇ ਨਹੀਂ ਕਰਦੇ ਇਥੋਂ ਹੀ ਅਸੀਂ ਮਾਰ ਖਾ ਜਾਣੇ ਹੁਣ ਪੂਰੇ ਕੇਸ ਦੇ ਕੋ ਇੱਕ ਬੰਦੇ ਨੂੰ ਤੁਸੀਂ ਪਹਿਲਾਂ ਡਿਸਪንስ ਕੀਤਾ ਨੌਕਰੀ ਤੋਂ ਇਨਸਪੈਕਟਰ ਇੰਦਰਜੀਤ ਸਿੰਘ ਜਿਹੜਾ ਇੰਨਾ ਵੱਡਾ ਬੰਦਾ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਅਹੁਦੇ ਦਾ ਦੁਰਵਿਵਾਰ ਕਰਕੇ ਦੁਰਪਰਯੋਗ ਕਰਕੇ ਇਹੋ ਜਿਹਾ ਕੰਮ ਕਰ ਸਕਦਾ ਉਹਦੇ ਸਿਰ ਤੇ ਸਰਪਰਾਸਤੀ ਭਰੇ ਹੱਥ ਸੀ ਮੋਢਿਆਂ ਤੇ ਸ਼ਾਬਾਸ਼ੀ ਦੇਣ ਵਾਲੇ ਸੀ। ਔਰ ਪਿੱਠ ਤੇ ਥਾਪੀ ਦੇ ਕੇ ਕਹਿਣ ਵਾਲੇ ਸੀ ਚੱਲਦਾ ਰਹਿ ਪੁੱਤਰਾ ਤੇਰਾ ਕੋਈ ਨਹੀਂ ਕੁਝ ਵਿਗਾੜ ਸਕਦਾ ਅਸੀਂ ਬੈਠੇ ਆ। ਕੋਹਾਂ ਚੋਂ? ਥਾਪੀ ਦੇਣ ਵਾਲਿਆਂ ਚੋਂ। ਉਹਦੇ ਸਿਰ ਤੇ ਛਤਰੀ ਧਾਨਾਂ ਵਾਲਿਆਂ ਚੋਂ ਇੱਕ ਬੰਦੇ ਨੂੰ ਤੁਸੀਂ ਸਦਾਹੂਰ ਦਿੱਤੀ। ਹਾਲਾਂਕਿ ਇਹ ਕਹਿ ਤੱਕੇ ਚੱਲੂਗਾ ਇਹ ਗੱਲ ਖਤਮ ਨਹੀਂ ਹੋਈ। ਇੱਕ ਬੰਦੇ ਨੂੰ ਤੁਸੀਂ ਨੌਕਰੀ ਤੋਂ ਹੋਰ ਬਰਖਾਸਤ ਕਰ ਦਿੱਤਾ ਉਹ ਐਸਪੀ ਰੈਂਕ ਦਾ ਅਫਸਰ ਹੈ ਜਿਹੜਾ ਏਆਈਰਿ ਬਣ ਕੇ ਐਨਆਰਆਈ ਬੈਂਕ 'ਚ ਕੰਮ ਕਰ ਰਿਹਾ ਸੀ ਪਹਿਲਾਂ ਆਪ ਪੁਲਿਸ ਦੇ ਰਾਜਜੀਤ ਸਿੰਘ ਹੁੰਦਾ ਅਰੇ ਬੰਦਾ ਕੋਈ ਕੰਟਰੋਵਰਸਟੀ 'ਚ ਨਵਾਂ ਨਹੀਂ ਹੈ ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਹਾਲ ਤਾਂ ਯਾਦ ਨਹੀਂ ਇਸ ਬੰਦੇ ਦੇ ਖੋਰ ਬਹੁਤ ਸੰਜੀਨ ਅਲਜ਼ਾਮ ਲੱਗਿਆ ਸੀ ਕਿ ਇਹਨੇ ਆਪਣੀ ਬੇਟੀ ਨੂੰ MBBS DD ਐਡਮਿਸ਼ਨ ਦਿਵਾਉਣ ਲਈ ਨਕਲੀ ਮਰੇ ਹੋਣ ਦਾ ਸਰਟੀਫਿਕੇਟ ਜਾਰੀ ਕਰਤਾ ਸੀ ਉਹਨਾਂ ਦੇ ਨਾਲ ਮੈਡੀਕਲ ਸਟੂਡੈਂਟ ਜਾਂ ਏਜ ਕਿਸੇ ਦੀ স্পੈਸ਼ਲਾਈਜ਼ਡ ਸਟੱਡੀਜ਼ ਉਹਨਾਂ ਬੱਚਿਆਂ ਨੂੰ ਪ੍ਰੀਫਰੈਂਸ਼ੀਅਲ ਟਰੀਟਮੈਂਟ ਮਿਲਦੀ ਸੀ ਜਿਨ੍ਹਾਂ ਦੇ ਘਰ ਦੇ ਕਿਤੇ ਬੰਦੇ ਨੂੰ ਅਤਵਾਦੀ ਮੂਵਮੈਂਟ ਵਿੱਚ ਮਾਰ ਦਿੱਤਾ ਜਾਂਦਾ ਸੀ ਉਸ ਗੱਲ ਦਾ ਫਾਇਦਾ ਉਠਾ ਕੇ ਰਾਜਜੀਤ ਸਿੰਘ ਨੇ ਇੱਕ ਸਰਟੀਫਿਕੇਟ ਬਣਵਾ ਦਿੱਤਾ ਜਿਹਦੇ ਚ ਇਹ ਕਹਾ ਲੜਕੀ ਨੇ ਉਹ ਐਫੀਡੇਵਿਟ ਲਗਾਇਆ ਆਪਣੀ ਅਰਜ਼ੀ ਚ ਫਰੀ ਕੋਟ ਮੈਡੀਕਲ ਕਾਲੀ ਕਾਮ ਯੂਨੀਵਰਸਿਟੀ ਬਣੀ ਸੀ ਉਥੇ ਐਡਮਿਸ਼ਨ ਲੈ ਲਿਆ ਬੀਬੀਐਸਸੀ ਕਿ ਮੇਰਾ ਪਿਤਾ ਉਹ ਇੱਕ ਅਤਵਾਦੀਆਂ ਘਟਰਾਵਾਂ ਚ ਮਾਰ ਦਿੱਤਾ ਗਿਆ ਇਸ ਕਰਕੇ ਮੈਨੂੰ ਯਾਦਾ ਨੰਬਰ ਦੇ ਕੇ ਸੈਂਪਟੀ ਜੋ ਉਸ ਕੋਟੇ ਚ ਮੈਨੂੰ ਐਡਮਿਸ਼ਨ ਮਿਲਣੀ ਚਾਹੀਦੀ ਡਾਕਟਰ ਬਣਦੀ ਸੀਟ ਮਿਲਣੀ ਚਾਹੀਦੀ ਬਹੁਤ ਕੰਪੀਰ ਗੱਲ ਹੈ ਔਰ ਇਹ ਬੰਦੇ ਨੇ ਬਣਾ ਕੇ ਦੇ ਵੀ ਦਿੱਤਾ ਹਾਰਾਂ ਕੇ ਸਭ ਨੂੰ ਪਤਾ ਸੀ ਕਿ ਇਹ ਰਿਉਂਦਾ ਇਹ ਉਸ ਵੇਲੇ ਐਸਐਸਪੀ ਤਰਨ ਤਰਨ ਹੋਇਆ ਕਰਦਾ ਸੀ ਜਿਹੜੇ ਡੀਸੀ ਨੇ ਡਿਪਟੀ ਕਮਿਸ਼ਨਰ ਆਫ ਡਿਸਟ੍ਰਿਕਟ ਨੇ ਵਿਚਾਰ ਕਰਦੇ ਆਈਐਸ ਅਫਸਰ ਨੇ ਉਹ ਸਰਟੀਫਿਕੇਟ ইস্যੂ ਕੀਤੀ ਸੀ ਉਹਦੇ ਤੇ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਜਿਹੜੇ ਐਸ ਪੀ ਐਮ ਨੇ ਪੀਸੀਆਰ ਅਫਸਰ ਨੇ ਉਹ ਸਰਟੀਫਿਕੇਟ ਦੇਣ ਦੀ ਰეკਮੈਂਡੇਸ਼ਨ ਕੀਤੀ ਸੀ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਔਰ ਜਿਹੜੇ ਜਿਹੋਦੇ ਆਦਮੀ ਨੇ ਇਹ ਸਰਟੀਫਿਕੇਟ ਬਣਵਾਇਆ ਕਿ ਨਾ ਮਰ ਚੁੱਕਿਆ ਉਹਦੇ ਤੇ ਅਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਬਲਕਿ ਵਡੀਆਂ-ਵਡੀਆਂ ਪੋਸਟਾਂ ਮਿਲਦੀਆਂ ਰਹੀਆਂ ਇੱਕ ਤੋਂ ਬਾਅਦ ਇੱਕ ਵਧੀਆ ਜ਼ਿਲ੍ਹਾ ਮਿਲਦਾ ਰਿਹਾ ਇਹਨੂੰ ਪਲੰਪ ਪੋਸਟਿੰਗ ਕਹਿੰਦੇ ਆਪਾਂ ਉਹ ਪੋਸਟੇਂ ਜਿੱਥੇ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ ਬਹੁਤ ਸਾਰੀ ਤੁਸੀਂ ਕਮਾਈ ਕਰ ਸਕਦੇ ਹੋ ਬਹੁਤ ਸਾਰੀ ਆਮਦਨ ਆਪਣੀ ਵਧਾ ਸਕਦੇ ਹੋ ਤਨਖਾਹ ਤੋਂ ਅਲਾਵਾ ਵਾਲੀ ਉਹ ਇਹਦੀਆਂ ਪੋਸਟੇਂ ਮਿਲਦੀਆਂ ਰਹੀਆਂ ਤੇ ਨਾਲ ਸਾਥ ਮਿਲਦਾ ਰਿਹਾ ਇੰਦਰਜੀਤ ਸਿੰਘ ਵਰਗੇ ਇਨਸਪੈਕਟਰ ਹੁਣ ਇੰਦਰਜੀਤ ਸਿੰਘ ਇੰਸਪੈਕਟਰ ਦੀ ਗੱਲ ਤੁਸੀਂ ਦੇਖੋ ਮੁੜ ਕੇ ਉੱਧ ਤੱਕ ਚਲਦੇ ਆ ਵਾਪਸ ਫਿਰ ਇੱਕ ਵਾਰੀ ਰਾਜਜੀਤ ਸਿੰਘ ਤੱਕ ਆਵਾਂਗੇ ਇੰਦਰਜੀਤ ਸਿੰਘ ਪੇਸ਼ੇ ਨੌਕਰੀ ਚ ਹੌਲਦਾਰ ਲੇਕਿਨ ਵਨ ਸਟੈਪ ਪ੍ਰੋਮੋਸ਼ਨ ਦੇ ਦੇ ਕੇ ਉਹਨੂੰ ਐਫਐਸਆਈ ਬਣਾ ਦਿੱਤਾ ਗਿਆ ਔਰ ਉਸ ਆਦਮੀ ਨੂੰ ਮਾਸਟਰ ਕਿਹਾ ਜਾਂਦਾ ਸੀ ਡਰੱਗ ਤਸਕਰੀ ਡਰਗ ਸੀਜ਼ਰ ਮੈਕਸਿਮਮ ਕਰਨ ਦਾ ਤਤਕਰੀ ਰੋਕਣ ਦਾ ਤੇ ਸੀਜ਼ਰ ਕਰਨ ਦਾ ਸੱਚਾਈ ਤਾਂ ਬਾਤ ਪਤਾ ਲੱਗੀ ਉਸ ਆਦਮੀ ਨੂੰ ਡਰਗ ਦੇ ਕੇਸਦ ਬਸਟ ਕਰਨ ਲਈ ਜਾਂ ਡਰਗ ਦੇ ਧੰਦੇ ਨੂੰ ਤੋੜਨ ਲਈ 77 ਕਮੈਂਡੇਸ਼ਨ ਸਰਟੀਫਿਕੇਟਸ ਮਿਲੇ ਪੁਲਿਸ ਪੋਰਚ ਕੀ ਹੁੰਦਾ ਚ ਕੋਈ ਚੰਗਾ ਕੰਮ ਕਰੋ ਚੰਗੀ ਇਨਵੈਸਟੀਗੇਸ਼ਨ ਕਰੋ ਤਾਨੂੰ ਇੱਕ ਕਮੈਂਡੇਸ਼ਨ ਸਰਟੀਫਿਕੇਟ ਮਿਲਦਾ ਤੁਹਾਡੀ ਵਾਹ ਵਾਹ ਕੀਤੀ ਜਾਂਦੀ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਔਰ ਉਹ ਕਮੈਂਡੇਸ਼ਨ ਸਰਟੀਫਿਕੇਟ ਦੇ ਬੇਸਡ ਤੁਹਾਨੂੰ ਥੋੜਾ ਬਹੁਤਾ ਇਨਾਮ ਵੀ ਮਿਲਦਾ ਤੇ ਅੱਗੇ ਹੋਰ ਪ੍ਰਮੋਸ਼ਨਸ ਵੀ ਮਿਲਦੀਆਂ ਨੇ ਤੁਹਾਨੂੰ ਪੋਸਟਿੰਗ ਵੀ ਚੰਗੀ ਜਗ੍ਹਾ ਤੇ ਦਿੱਤੀ ਜਾਊਗੀ ਤੁਹਾਡਾ ਇੱਤਿਮਾਨ ਸਨਮਾਨ ਵੀ ਵੱਧਦਾ 77 ਕਮੈਂਡੇਸ਼ਨ ਸਰਟੀਫਿਕੇਟ ਛਾ ਦੇ ਪੰਜਾਬ ਪੁਲਿਸ ਦੇ ਰਿਕਾਰਡ ਉਸ ਨੇ ਨਾਲ ਨਾਲ ਉਸ ਆਦਮੀ ਦੇ 17 ਡਰੱਗ ਕੇਸਸ ਵਿੱਚ ਕੇਸ ਬੜੇ ਕੀਤੇ ਉਹਨੇ ਲੇਕਿਨ 17 ਕੇਸਸ ਵਿੱਚ ਜਿੱਥੇ ਉਹਨੇ ਡਰੱਗ ਸੀਜ਼ ਕੀਤੀ ਸੀ ਸਮੱਗਲਰਸ ਤੋਂ ਡੀਲਰਸ ਤੋਂ ਪਰਚੂਨ ਵਾਲਿਆਂ ਤੋਂ ਥੋਕ ਵਾਲਿਆਂ ਤੋਂ ਉਹਦੇ ਚੋਂ 13 ਕੇਸਾਂ 'ਚ ਉਹਦੇ ਤੇ डिपार्टमेंटल इनकुआरीज ला चालू हुई लगी कि एक आदमी ने कितना कितने कोताही की है सतारा केसा चो तेरह से डिपार्टमेंटल इनकुआरी चार च बच गया माइनर तक ते, तैक टेक्नीकल इशूज लेकिन वो तेरह दिया तेरह इनकुआरी भी खुरद बुरद हो गई तीन ने की ਸਭ ਤੋਂ ਵੱਡਾ ਸਵਾਲ ਇੰਨੀਆਂ ਵੱਡੀਆਂ ਗਲਤੀਆਂ ਨਜ਼ਰ ਅੰਦਾਜ਼ ਕੀਤੀਆਂ ਗਈਆਂ ਉਹ ਵੀ ਡਰੱਗ ਰਿਲੇਟਡ ਕੇਸਸ ਵਿੱਚ ਇਹਦਾ ਕਸੂਰਵਾਰ ਕੌਣ ਹੈ ਕਸੂਰਵਾਰ ਡੈਫੀਨਿਟਲੀ ਉਹਦੇ ਸੁਪਰਵਾਈਜ਼ਰੀ ਆਫੀਸਰਸ ਨੇ ਜਿਨ੍ਹਾਂ ਚੋਂ ਇੱਕ ਸੁਪਰਵਾਈਜ਼ਰੀ ਆਫੀਸ ਰਾਜਜੀਤ ਸਿੰਘ ਸੀ ਗਿਰੇ ਨਾਲ 14 ਮਹੀਨੇ ਉਹਨੇ ਕੰਮ ਕੀਤਾ لیکن باقی ਦਾ ਸਮਾਂ ਉਹਨੇ ਹੋਰ ਲੋਕਾਂ ਨਾਲ ਵੀ ਕੰਮ ਕੀਤਾ ਜਿਨ੍ਹਾਂ ਚੋਂ ਇੱਕ ਪੀਪੀਐਸ ਅਫਸਰ ਜੋ ਅੱਜ ਐਸਐਸਪੀ ਰੈਂਕ ਤੇ ਪੰਜਾਬ ਦੇ ਇੱਕ ਜ਼ਿਲ੍ਹੇ ਦਾ ਐਸਐਸਪੀ ਦੂਸਰਾ ਪੀਪੀਐਸ ਅਫਸਰ ਜਿਹੜਾ ਥੋੜਾ ਜਿੜ ਪਹਿਲਾਂ ਰਿਟਾਇਰ ਹੋ ਕੇ ਬੀਜੇਪੀਸ ਛਾਮਿਲ ਕਰ ਚੁੱਕਾ ਹੈ ਭਾਰਤੀ ਜਨਤਾ ਪਾਰਟੀ ਨੂੰ ਆਫੀਸ਼ੀਅਲੀ ਜੁਆਇਨ ਕਰ ਲਿਆ ਬਾਤਰ ਐਡੀ ਉਪਰਨੀ ਆਯोजनਤੀਸ ਕਿਤੇ ਨਾ ਕਿਤੇ ਉਹਦੀ ਰੱਖਿਆ ਕਰਨਗੀਆਂ ਉਹਨੇ ਪਹਿਲਾਂ ਹੀ ਆਪਣਾ ਇੱਕ ਸੇਫਟੀ ਰੋਡ ਅਖਤਿਆਰ ਕਰ ਲਈ ਆਪਣੇ ਆਪ ਨੂੰ ਬਚਾਉਣ ਦਾ ਰਾਹ ਲੱਭ ਲਿਆ ਕਿ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਮੈਨੂੰ ਬਚਾਏਗੀ ਉਹਨੇ ਪੁਲਿਸ ਤੋਂ ਫੋਰਸ ਤੋਂ ਰਿਟਾਇਰ ਹੋਣ ਦੇ ਬਾਅਦ ਇਮੀਡੀਏਟਲੀ ਬੀਜੇਪੀ ਦੇ ਮੈਂਬਰ ਬਣ ਹੁਣ ਸ਼ਾਇਦ ਇਲੈਕਸ਼ਨ ਲਈ ਗੁੱਟੇ-ਗੁੱਟੇ ਮੰਗੀ ਸੀ ਪਿਛਲੇ ਦਿਨਾਂ ਤੋਂ ਨਹੀਂ ਮਿਲੀ ਅਗਲੀ ਵਾਰੀ ਮਿਲ ਜੂਗੀ ਖੈਰ ਇਸ ਤੋਂ ਇਲਾਵਾ ਇੱਕ ਆਈਪੀਐਸ ਅਫੀਸਰ ਇਹ ਜਿਹੜੇ ਤਿੰਨ ਅਫੀਸਰ ਨੇ ਰਾਜਜੀਤ ਇੱਕੋ ਜ਼ਿਲ੍ਹਾ ਦੇ ਐਸਪੀ ਤੇ ਇੱਕ ਜਿਹੜੇ ਰਿਟਾਇਰ ਹੋ ਗਏ ਉਹ ਪੀਪੀਐਫ ਇੱਕ ਆਈਪੀਐਸ ਨੇ ਉਹ ਥੋੜਾ ਜਿਹਾ ਪਹਿਲਾਂ ਡੈਪੂਟੇਸ਼ਨ ਤੇ ਇੰਟੈਲੀਜੈਂਸ ਬਿਊਰੋ ਚ ਚਲੇ ਗਏ ਆਈਬੀ ਇਨਾ ਬਦਿਆ ਨਾਲ ਵੀ ਬੜਾ ਕਲੋਜ਼ਲੀ ਇੰਦਰਜੀਤ ਸਿੰਘ ਨੇ ਕੰਮ ਕੀਤਾ ਸੀ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜੇ ਜਿਹੋ ਕੁਕਰਮੂ ਨੇ ਰਾਜਜੀਤ ਸਿੰਘ ਦੇ ਟਾਈਮ ਤੇ 14 ਮਹੀਨੇ ਕੀਤੇ ਉਹੇ ਦੇ ਕੰਮ ਬਾਕੀ ਲੋਕਾਂ ਨੇ ਆ ਰਹਿ ਕਿ ਨਹੀਂ ਕੀਤੇ ਹੁਣ ਜਿਹੜੀਆਂ ਉਹਦੀਆਂ ਡਿਟੇਲ ਸਾਹਮਣੇ ਆ ਰਹੀਆਂ ਉਹਦੇ 'ਚ ਉਹਨਾਂ ਦਾ ਨਾਮ ਬੋਲਦਾ ਈਵਨ ਜਿਹੜੇ ਮੰਦਲ ਪਾਫੇ ਖੁੱਲੇ ਆ ਉਹਨਾਂ 'ਚ ਵੀ ਇਹਨਾਂ ਤਿੰਨਾਂ ਅਫਸਰਾਂ ਦਾ ਜ਼ਿਕਰ ਹੈ ਰਾਜੀਤ ਸਿੰਘ ਤੋਂ ਇਲਾਵਾ ਅਗਰ ਸੀਐਮ ਭਗਵੰਤ ਮਾਨ ਰਾਜੀਤ ਸਿੰਘ ਨੂੰ ਪ੍ਰਾਈਮਰੀ ਫੇਸ ਆਈ ਮਤਲਬ ਸ਼ੁਰੂਆਤੀ ਦੌਰ 'ਚ ਦੂਜੀ ਸਮਝ ਕੇ ਬਰਖਾਸਤ ਕਰ ਸਕਦੇ ਆ ਤੇ ਦੂਸਰੇ ਜਿਹੜੇ ਦੋ ਪੀਪੀਐਸ ਆਫ ਅਫਸਰ ਨੇ ਇੱਕ ਜਿਹੜੇ ਸਰਵਿੰਗ ਨੇ ਉਨਾਂ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਜਿਹੜਾ ਨੌਕਰੀ ਛੱਡ ਕੇ ਚਲਿਆ ਗਿਆ ਉਹਦੀ ਪੈਨਸ਼ਨ ਵਗੈਰਾ ਬੰਦ ਕਿਉਂ ਨਹੀਂ ਕੀਤੀ ਜਾਂ ਉਹਨੂੰ ਇਨਕੁਆਇਰੀ ਦੇ ਦਾਇਰਿਤ ਕਿਉਂ ਨਹੀਂ ਲਿਆਂਦਾ ਗਿਆ ਔਰ ਤੀਸਰਾ ਆਈਪੀਐਸ ਆਫੀਸਰ ਉਹਦੀ ਸ਼ਿਕਾਇਤ ਯੂਪੀਐਸਸੀ ਕੋਲ ਕਿਉਂ ਨਹੀਂ ਕੀਤੀ ਜਿਹੜੀ ਆਈਪੀਐਸ ਨੂੰ ਅਕਰੂਟ ਰਿਕਰੂਟ ਕਰਨ ਦੀ ਇੱਕ ਤਾਕਤ ਹੈ ਡਿਪਾਰਟਮੈਂਟ ਹੈ ਜਿਵੇਂ ਰਾਜੀਤ ਸਿੰਘ ਨੂੰ ਡਿਸਮਿਸ ਕੀਤਾ ਗਿਆ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪਰਮਿਸ਼ਨ ਲੈ ਕੇ ਕੀਤਾ ਗਿਆ ਇਸੇ ਤਰ੍ਹਾਂ ਅਗਰ ਆਈਪੀਐਸ ਤੇ ਐਕਸ਼ਨ ਲੜਾ ਹੈ ਤਾਂ ਤੁਹਾਨੂੰ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਕੰਮ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਇਹ ਲਕੀਰ ਦੇ ਫਕੀਰ ਨੇ ਜਿਨ੍ਹਾਂ ਲੋਕਾਂ ਦਾ ਤਾਂ ਸਿੱਧਾ ਨਾਮ ਲੈ ਕੇ ਉਹਨਾ ਬੰਦਲ ਪਾਪਿਆਂ ਤੇ ਜ਼ਿਕਰ ਸੀ ਉਹਨਾਂ ਚੋਂ ਇੱਕ ਤੇ ਐਕਸ਼ਨ ਲੈ ਲਿਆ ਬਾਕੀਆਂ ਤੇ ਨਹੀਂ ਲਿਆ ਕੀ ਕਾਰਨ ਇਹ ਸਭ ਤੋਂ ਵੱਡਾ ਸਵਾਲ ਹੈ ਤੱਤ ਸਾਰੀਆਂ ਕਾਲੀਆਂ ਭੇਡਾਂ ਨੂੰ ਪਬਲਿਕ ਕੁਇਟ ਐਕਸ਼ਨ ਲੈ ਕੇ ਨਾ ਤਾਂ ਨਹੀਂ ਕੀਤਾ ਜਾਏਗਾ ਇਹ ड्रग ਦਾ ਪਾਲਣ ਖਤਮ ਹੋਣ ਵਾਲਾ ਨਹੀਂ ਅਵਿਲੀਗਾਲ ਆਉਦੀ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਤੇ ਜਿਹੜੀ ਇਨਕੁਆਰੀ ਕਰਨੀ ਹੈ ਕੀ ਤੁਸੀਂ ਸਮਝਦੇ ਹੋ ਕਿ ਪਿਛਲੇ 50 ਸਾਲਾਂ ਤੋਂ ਬੰਦ ਪਈਆਂ ਰਿਪੋਰਟਾਂ ਤੋਂ ਜਦੋਂ ਇਹਨਾਂ ਬੰਦਿਆਂ ਨੂੰ ਪਤਾ ਸੀ ਕਿ ਸਾਡਾ ਨਾਮ ਆ ਰਿਹਾ ਹੈ ਕਿ ਇਹਨਾਂ ਕਿਤੇ ਨਾ ਕਿਤੇ ਮੈਨੀਪੂਲੇਟ ਨਹੀਂ ਕੀਤਾ ਹੋਵੇਗਾ ਪ੍ਰਾਪਰਟੀ ਦੀ ਰੀਸੇਲ ਪਰਚੇਸ ਦੀ ਰੀਪਰਚੇਸ ਜਿਹੜੇ ਬੰਦਿਆਂ ਨੇ ਉਦੋਂ ਇੱਥੇ ਮੈਂ ਬੜੀਆਂ ਪ੍ਰਾਪਰਟੀਜ਼ ਦੇਖਾ ਕਰ ਆ ਰਿਹਾ ਚੰਡੀਗੜ੍ਹ ਦੇ ਨੇੜੇ ਦੋ ਪਿੰਡਾਂ ਦੀ ਪ੍ਰਾਪਰਟੀ ਦੀ ਗੱਲ ਆ ਰਹੀ ਹੈ ਮੋਹਾਲੀ ਦੇ ਅੰਦਰ ਤਿੰਨ ਪ੍ਰਾਪਰਟੀਜ਼ ਦੀ ਗੱਲ ਆ ਰਹੀ ਹੈ ਦਸੂਹਾਤ ਦੋ ਪ੍ਰਾਪਰਟੀ ਦੀ ਗੱਲ ਆ ਰਹੀ ਹੈ ਜਲੰਧਰ ਦੀ ਕਿਸੇ ਪ੍ਰਾਪਰਟੀ ਦੀ ਡੀਲ ਦੀ ਗੱਲ ਆ ਰਹੀ ਹੈ ਆਪ ਔਰ ਜਿਹੜਾ ਫਿਲੌਰ ਉਥੋਂ ਦੀਆਂ ਦੋ ਪ੍ਰਾਪਰਟੀਜ਼ ਦੀ ਗੱਲ ਆ ਰਹੀ ਹੈ ਕੋਈ ਪ੍ਰਾਪਰਟੀਆਂ ਪਤਨੀ ਦੇ ਨਾਂ ਤੇ ਕੁਝ ਪ੍ਰਾਪਰਟੀਜ਼ ਆਪਣੇ ਰਾਤੇ ਕੁਝ ਪ੍ਰਾਪਰਟੀਆਂ ਬੇਚੀ ਦੇ ਨਾਲ ਉਹੀ ਬੇਟੀ ਜਿਹੜੀ ਮੈਡੀਕਲ ਦੀ ਐਡਮਿਸ਼ਨ ਲੈ ਲਈ ਮਰੇ ਹੋਏ ਪਿਓ ਦਾ ਸਰਟੀਫਿਕੇਟ ਦਾਖਲ ਕਰ। ਇਹਨਾਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਡੀਲਿੰਗ ਹੋਈ ਉਹ ਕੋਈ 20 ਲੱਖ ਦੀ ਕੋਈ 30 ਲੱਖ ਦੀ ਉਹਨੇ ਤੇ ਦੱਸਿਆ ਵਾ ਕਿ ਮੈਂ 20 ਲੱਖ ਦੀ ਪ੍ਰਾਪਰਟੀ ਖਰੀਦੀ ਤੇ 30 ਲੱਖ ਦੀ ਵੇਚੀ ਜਾ ਵੀ ਰਿਬੀ ਬੀਤੀ ਤੇ ਤੀ ਦੀ ਕਰੀਤੀ ਉਹ ਕੁਝ ਬੈਂਕਾਂ ਦੇ ਲੋਨਸ ਨਹੀਂ ਕਲ ਵੀ ਕੀਤੀ ਗਈ ਹੈ ਇੱਕ ਪ੍ਰਾਪਰਟੀ ਇਹਨਾਂ ਨੇ ਸ਼ੋਅ ਕੀਤੀ ਕਿ ਮੈਂ ਆਪਣੇ ਪਿਓ ਕੋਲੋਂ ਕਰੀਤੀ ਮੇਰੇ ਪਿਤਾ ਨੇ ਮੈਨੂੰ ਆਪਣੀ ਪ੍ਰਾਪਰਟੀ ਵੇਚੀ ਇਹ ਮਨਵਾਇ ਤੱਕ ਸਾਜ ਨਹੀਂ ਆਇਆ ਕਿਹੜਾ ਪਿਤਾ ਆਪਣੇ ਬੇਟੇ ਨੂੰ ਪ੍ਰਾਪਰਟੀ ਵੇਚਦਾ ਘਰ ਹੋ ਸਕਦਾ ਕੋਈ ਦੂਸਰੇ ਭਰਾਵਾਂ ਨੇ ਨਾ ਖਰੀਦਣੀ ਹੋਵੇ ਇਹਨਾਂ ਨੇ ਖਰੀਦ ਲਈ ਚਰ ਇਹ ਕੰਮ ਅਜੰਤਿਆਂ ਦਾ ਅੱਗੇ ਦੇਖਣਾ। ਔਰ ਜਦੋਂ ਇਹੋ ਜਿਹੇ ਕੇਸਸ ਹੁੰਦੇ ਆ ਇਹਦੀ ਇੱਕ ਬੜੀ ਸਿਲਸਿਲੇ ਵਾਰਕੜੀ ਹੁੰਦੀ ਹੈ। ਇੱਕ ਜਿਹਨੂੰ ਆਪਾਂ ਪੰਜਾਬੀ ਚ ਸੰਗਲ ਕਹਿੰਦੇ ਨੇ। ਸੰਗਲ ਕੜੀਆਂ ਨਾਲ ਜੁੜਿਆ ਹੁੰਦਾ। ਇੱਕ ਕੜੀ ਨਿਕਲਦੇ ਤੋ ਸੰਗਲ ਟੁੱਟ ਜਾਂਦਾ। ਕਿ ਜਦ ਤੱਕ ਕੜੀ ਜੋੜੋਂਗੇ ਨਹੀਂ ਤੇ ਪੂਰਾ ਸੰਗਲ ਤਿਆਰ ਨਹੀਂ ਹੋਣਾ। ਤੇ ਇਹਨੀਆਂ ਜਿਹੜੀਆਂ ਕੜੀਆਂ ਅੱਗੇ ਵੀ ਅੱਗੇ ਜਾ ਤੱਕ ਨਹੀਂ ਜਾਣ ਗਿਆ ਕਿ ਤੁਸੀਂ ਉਸ ਸੰਗਲ ਦੇ ਸਿਰੇ ਤੱਕ ਨਹੀਂ ਪਹੁੰਚ ਸਕੋਗੇ ਤੇ ਜੇ ਤੁਸੀਂ ਇੱਕ ਉਸ ਆਈਪੀਐਸ ਅਫਸਰ ਦੀ ਕੜੀ ਛੱਡ ਦਿੱਤੀ ਜਿਹੜਾ ਡੈਪੂਟੇਸ਼ਨ ਤੇ ਚੱਲ ਆ ਗਿਆ ਭਾਵੇਂ ਇਨਕਵਰੀ ਤੋਂ ਬਾਅਦ ਉਦੋਂ ਕਿ ਕਸੂਰ ਨਿਕਲੇ ਨਾ ਨਿਕਲੇ ਉਹ ਬਾਅਦ ਦੀ ਗੱਲ ਹੈ ਲੇਕਿਨ ਜਦੋਂ ਤੱਕ ਕੜੀਆਂ ਜੋੜੋਗੇ ਨਹੀਂ ਉਦੋਂ ਤੱਕ ਤੁਸੀਂ ਤੈਅ ਤੱਕ ਨਹੀਂ ਪਹੁੰਚ ਸਕਦੇ ਔਰ ਜਦੋਂ ਤੱਕ ਕਿਸੇ ਵੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਉਹਨਾਂ ਨੂੰ ਬੇਕਸੂਰ ਵੀ ਮੰਨਿਆ ਜਾਊਗਾ ਇਹ ਕਾਨੂੰਨ ਕਹਿੰਦਾ ਇਸੇ ਤਰ੍ਹਾਂ ਦੋ ਪੀਪੀਐਸ ਆਫਸ ਇਹ ਕੋਹ ਜਿਹੜੇ ਅਜੇ ਸਰਵਿਸ 'ਚ ਨੇ ਇਹ ਕੋਹ ਜਿਹੜੇ ਛੱਡ ਕੇ ਚਲੇ ਗਏ ਰਿਟਾਇਰ ਹੋ ਗਏ ਜਦੋਂ ਤੱਕ ਉਹਨਾਂ ਦੀ ਸ਼ਮੂਲੀਅਤ ਪੂਰੀ ਇਨਵੈਸਟੀਗੇਸ਼ਨ 'ਚ ਨਹੀਂ ਹੁੰਦੀ ਇਹ ਕੜੀਆਂ ਮਿਲਣੀਆਂ ਨਹੀਂ ਉਹਨਾਂ ਦੀ ਸ਼ਮੂਲੀਅਤ ਰਾਜੀਤ ਸਿੰਘ ਨਾਲ ਕੋਈ ਤੁਲਕ ਨਹੀਂ ਰੱਖਦੀ ਉਹਨਾਂ ਦੀ ਸ਼ਮੂਲੀਅਤ 인더 ਦੀ ਸੰਗਣਾ ਤੌਲਕ ਰੱਖਦੀ ਜੋ ਇਹ ਪੂਰੇ ਸਕੈਂਡਲ ਦਾ ਸਿਪਾਸਾਲਾਰ ਹੈ ਸਿਪਾਹੀ ਨਹੀਂ ਉਹ ਸਿਪਾਸਾਲਾਰ ਹੈ আর ਉਹ ਸਾਥ ਜਿਹਨੇ ਹੌਲਡਰ ਹੁੰਦੇ ਹੋਏ ਐਂਡੀ ਪੀਐਸ ਦੇ ਕੇਸਸ ਬਣਾਏ ਵੱਡੇ ਵੱਡੇ ਸਮੱਗਲਰਾਂ ਨੂੰ ਫੜਿਆ ਕੋਨਾ ਤੋ ਡੀਲਿੰਗ ਵੀ ਕੀਤੀ ਉਹਨਾਂ ਨਾਲ ਹੀਰਾ ਪੇਰੀਆਂ ਵੀ ਕੀਤੀਆਂ ਡਰੱਗ फॉर एग्जाम्पल उदाहरण देने आप किलो फली भी किलो छूक की ती किलो वापस मार्केट भेज दी उस भी किलो चलान बना के पेश करता कोर्ट इनकुरी ऑफिसर खुद रिकवरी ऑफिसर खुद और साइन सर वाला खुद और जो केसिस कोर्ट च गए तो हैरानी होगी सुन के उन्हों समलर केस इस करके छुट्ट गए ਉਨਾ ਤੰਨਾ ਨੂੰ ਇਸ ਕਰਕੇ ਬਰੀ ਕਰ ਦਿੱਤਾ ਗਿਆ ਕਿ ਜਿਹੜੇ ਅਫੀਸਰ ਨੇ ਇਹ ਕੇਸ ਬਣਾਇਆ ਸੀ ਉਹਨੂੰ ਇਹ ਕੇਸ ਬਣਾਉਣ ਦਾ ਕੋਈ ਹੱਕ ਹੀ ਨਹੀਂ ਸੀ ਕੋਈ ਪਾਵਰ ਹੀ ਨਹੀਂ ਸੀ ਕਿਉਂਕਿ ਐਂਟੀ ਪੀਐਸ ਐਕਟ ਦੇ ਥੱਲੇ ਇੱਕ ਰੈਗੂਲਰ ਇਨਸਪੈਕਟਰ ਤੋਂ ਇਲਾਵਾ ਥੱਲੇ ਦਾਪਸ ਉਹ ਕੋਈ ਕੇਸ ਰਜਿਸਟਰ ਨਹੀਂ ਕਰ ਸਕਦਾ ਨਾ ਇਹ ਇਨਕੁਆਰੀ ਅਫਸਰ ਹੋ ਸਕਦਾ ਯੋ ਹੋ ਸਕਦਾ ਜਦ ਇਹ ਗੱਲ ਅੰਡਰ ਜੀ ਸੀਗਦੇ ਡੀਐਫਪੀ ਜਸਵੰਤ ਸਿੰਘ ਨੇ ਆਪਣੇ ਐਫਐਸਪੀ ਰਾਜਜੀਤ ਸਿੰਘ ਨੂੰ ਰੱਖਿਆ ਕਿ ਜਿਸ ਤਰ੍ਹਾਂ ਕੰਮ ਹੋ ਰਿਹਾ ਇਹ ਆਪਣੇ ਕੇਸ ਖਰਾਬ ਹੋਣਗੇ ਇਹਦੇ ਕੋਲੇ ਇਹ ਪਾਵਰ ਨਹੀਂ ਲਿਆ ਅੰਡਰ ਦਾ ਐਕਟ ਕਿ ਇਹ ਕੇਸ ਕਰ ਸਕੇ ਲੇਕਿਨ ਰਾਜਜੀਤ ਰਾਜਜੀਤ ਸਿੰਘ ਨੇ ਉਹਦੀ ਕੋਈ ਸੁਣੀ ਨਹੀਂ ਉਹਨੂੰ ਕਹਿੰਦਾ ਮੈਨੂੰ ਪਤਾ ਮੈਂ ਆਪਣਾ ਕੰਮ ਕਰਨਾ ਤੂੰ ਆਪਣਾ ਕੰਮ ਕਰ ਤੂੰ ਕਿਤੇ ਨਾ ਕਿਤੇ ਨੇ ਇਹ ਡਾਬਾ ਨੈਕਸਸ ਚੱਲ ਰਿਹਾ ਸੀ ਹਾਂ ਇਹ ਨੈਕਸਸ ਇਹਨਾਂ 14 50 ਅਫਸਰਾਂ तक की सीमा नहीं ਇਹਨਾਂ ਦੇ ਉੱਪਰ आईजीवीसी के एडिशनल डीजीवीसी के डीजीवीसी के ये वो अफसर जिन्होंने ਇਹਨਾਂ ਅਫਸਰਾ ਦੇ ਕਹਿਣ ਤੇ ਹੋਰ ਕਮੈਂਡੇਸ਼ਨਸ ਮੰਨੀਆਂ ਜਿਨ੍ਹਾਂ ਵਿੱਚ ਇਹਨਾਂ ਐਸਐਸਪੀਜ਼ ਨੇ ਕਿਹਾ ਕਿ ਮੈਨੂੰ ਜਿੱਥੇ ਮੇਰੀ ਬਦਲੀ ਕੀਤੀ ਗਈ ਹੈ ਉਤੇ ਮੇਰੇ ਨਾਲ ਇੰਦਰਜੀਤ ਸਿੰਘ ਵੀ ਜਾਵੇਗਾ। ਉਹਨਾਂ ਆਪਸਰਾਂ ਨੇ ਇਹਦੀ ਗੱਲ ਮੰਨੀ ਔਰ ਬਾਕੀ ਆਪਸਰਾਂ ਨੇ ਵੀ ਮੰਨੀ। 14 ਮਹੀਨੇ ਰਾਜੀਤ ਸਿੰਘ ਨਾਲ ਰਿਹਾ ਹੋਇਆ 1 ਸਾਲ ਕਿਸੇ ਹੋਰ ਨਾਲ ਰਿਹਾ 8 ਮਹੀਨੇ ਕਿਸੇ ਹੋਰ ਨਾਲ ਤੇ ਇਸ ਤਰ੍ਹਾਂ ਕੁਝ ਸਮਾਂ ਕਿਸੇ ਹੋਰ ਨਾਲ। ਉਹਨਾਂ ਨੇ ਵੀ ਰਕਮੈਂਡੇਸ਼ਨਸ ਕਰਕੇ ਨਾਲ ਰੱਖਿਆ। ਹੁਣ ਸਵਾਲ ਇਹ ਉੱਠਦਾ ਕਿ ਇਹੋ ਜੇ ਸਾਰੇ ਐਸਐਸਪੀ ਰੈਂਕ ਦੇ ਆਫੀਸਰ ਇਹ ਇਹ ਬੰਦੇ ਨੂੰ ਰეკਮੈਂਡ ਕਿਉਂ ਕਰਦੇ ਸੀ ਕਿਉਂਕਿ ਦੁੱਧ ਦੇਣ ਵਾਲਾ ਜਾਨਵਰ ਸਭ ਨੂੰ ਚੰਗਾ ਲੱਗਦਾ ਘਰੇ ਬੈਠਿਆਂ ਦੁੱਧ ਮਿਲੀ ਜਾਂਦਾ ਚਾਹ ਪਾਣੀ ਚੱਲੀ ਜਾਂਦੀ ਇਸ ਕਰਕੇ ਇਹ ਬੰਦਿਆਂ ਨੂੰ ਲਾਲਚ ਸੀ ਜਾਂ ਕੋਈ ਇਹੋ ਜੀ ਗਲਤੀ ਨਹੀਂ ਸੀ ਕਿ ਉਹਨਾਂ ਤੋਂ ਵੀ ਉੱਪਰ ਕੋਈ ਹੋਰ ਤਾਕਤ ਸੀ ਜਿਹੜੀ ਉਹਨਾਂ ਨੂੰ ਮਜਬੂਰ ਕਰਦੀ ਸੀ ਕਿ ਤੁਸੀਂ ਇਹ ਆਪਣੇ ਬੰਦੇ ਨੂੰ ਨਾਲ ਰੱਖੋ ਉਹ ਤਾਕਤ ਕਿਹੜੀ ਹੁੰਦੀ ਹੈ ਸਰਕਾਰ ਮంత్రిਆਂ ਦੀ ਜਾਂ ਮੁੱਖ ਮੰਤਰੀ ਵੀ ਹੋ ਸਕਦਾ। ਅਗਰ ਇਹੋ ਜਿਹੇ ਤਾਕਤਾਂ ਦਾ ਉਹਨਾਂ ਦੇ ਕੰਮਕਾਜ ਵਿੱਚ ਦਖਲ ਸੀ ਤਾਂ ਆਜ ਉਹਨਾਂ ਨੂੰ ਸਾਹਮਣੇ ਆ ਕੇ ਆਪਣਾ ਉਹ ਦਖਲ ਬਿਆਨ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੀ ਇੱਜ਼ਤ ਬਚਾਈ। ਔਰ ਸਭ ਤੋਂ ਵੱਡਾ ਖਾਤਰਾ ਜਿਹੜਾ ਹੁਣ ਸਭ ਨੂੰ ਲੱਗੇਗਾ ਉਹ ਇੰਦਰਜੀਤ ਸਿੰਘ ਤੋਂ ਲੱਗੇ। ਜੋ ਪਿਛਲੇ ਅੱਡੇ ਸਾਲਾ ਤੋਂ ਜੇਲ੍ਹ ਤੇ ਬੈਠਾ। ਹੋਣੇ ਤੇ ਉਹ ਅਡੀਸ਼ਨਲ ਸੈਸ਼ਨ ਕੋਰਟ ਮੋਹਾਲੀ ਜੀ ਕੇਸ ਟਲੇਗਾ ਜਿਹੜੀ ਫਾਈਲ ਜਿਹੜਾ ਰੁਕਿਆ ਹੋਇਆ ਸੀ ਉਹ ਜਿਹੜੀ ਸੀਲ ਬੰਦ ਲਫਾਫਾ ਸੀ ਜਸਵੰਤ ਸਿੰਘ ਦੀ ਸਟੇਟਮੈਂਟ ਦਾ ਡੀਐਸਪੀ ਦੀ ਸਟੇਟਮੈਂਟ ਦਾ ਉਹ 14 ਮਾਰਚ ਨੂੰ 14 ਅਪ੍ਰੈਲ ਨੂੰ ਖੁੱਲ ਗਿਆ ਹੁਣ ਅਗਲੀ ਤਾਰੀਖ ਤੋਂ ਕੇਸ ਦੀ ਸੁਣਵਾਈ ਸ਼ੁਰੂ ਹੋਏਗੀ ਉਹਦੇ ਚ ਰਾਜਜੀਤ ਸਿੰਘ ਵੀ આરોપી ਬੜਾਇਆ ਜਾਏਗਾ ਜੋ ਇਸ਼ਾਰੇ ਮਿਲ ਰਹੇ ਨੇ ਹੁਣ ਜਦੋਂ ਟਰਾਇਲ 'ਚ ਬਿਆਨ ਹੋਣਗੇ ਉਦੋਂ ਇਹਨਾਂ ਸਾਰਿਆਂ ਲੋਕਾਂ ਨੂੰ ਵੀ ਸ਼ਾਇਦ ਸਦਿਆ ਜਾ ਸਕਦਾ ਅੱਗੇ ਦੀ ਅੱਗੇ ਚਲੋਂ ਗੱਲਾਂ ਵਧਣਗੀਆਂ ਕੇਸ ਕਿਤੇ ਰਹੇਗਾ ਤਾਂ ਕੀ ਆਪਣੀ ਜਾਨ ਬਚਾਉਣ ਲਈ ਇੰਦਰਜੀਤ ਸਿੰਘ ਕਿਤੇ ਇਹਨਾਂ ਲੋਕਾਂ ਦੇ ਪਰਦੇ ਤਾਂ ਨਹੀਂ ਪੂਰਨ ਲੱਭੂਗਾ ਇਹਨਾਂ ਦੇ ਕਿਤੇ ਕੋਟਾੜੇ ਤਾਂ ਨਹੀਂ ਬਾਹਰ ਕੱਢਣ ਲੱਭੂਗਾ ਕਿ ਜੀ ਮੈਂ ਤਾਂ ਛੋਟਾ ਜਿਹਾ ਹੌਲਦਾਰ ਟੀਗਾ ਮੈਨੂੰ ਤਾਂ ਸਾਰਾ ਕੁਝ ਇਹਨਾਂ ਨੇ ਕਿਹਾ ਸੀ ਤੂੰ ਇਸ ਤਰ੍ਹਾਂ ਕਰ ਮੈਂ ਤੇ ਇਹਨਾਂ ਦੇ ਕਹਿਣ ਤੇ ਕਰਦਾ ਰਿਹਾ ਹੁਣ ਤੱਕ ਤਾਂ ਉਹਨੂੰ ਲੱਗਦਾ ਸੀ ਕਿ ਮੈਨੂੰ ਲੋਕ ਬਚਾ ਲੈਣਗੇ ਹੁਣ ਜਦੋਂ ਉਹਦੀ ਉਹ ਛਤਰੀ ਲਹਿ ਗਈ ਬਚਾ ਦੀ ਛਤਰੀ ਜਿਹੜਾ ਇੱਕ ਸਿਰ ਤੇ ਹੱਥ ਸੀ ਉਹ ਹੱਥ ਛੱਕਿਆ ਗਿਆ ਉਹ ਹੱਥ ਸਰਕਾਰ ਤੋਂ ਬਾਹਰ ਹੋ ਗਿਆ ਹੁਣ ਸ਼ਾਇਦ ਉਹ ਖੁਦ ਸਚਾਈ ਸਾਹਮਣੇ ਲੈ ਕੇ ਆ ਜਾਵੇ ਕਿਉਂਕਿ ਨਹੀਂ ਲੱਗਦਾ ਇਸ ਤਰ੍ਹਾਂ ਕਿ ਇੱਕ ਛੋਟਾ ਜਿਹਾ ਹੌਲਦਾਰ ਇਨੇ ਵੱਡੇ ਵੱਡੇ ਕਾਰੇ ਵੱਡੇ ਅਫਸਰਾਂ ਦੀ ਮਿਲੀਭੁਗਤੋ ਬਿਨਾ ਕਰ ਸਕੇ ਉਹ ਚੁੱਪ ਸੀ ਕਿਉਂਕਿ ਅਫਸਰਾਂ ਤੇ ਪ੍ਰਸ਼ਾਸੀ ਕਿ ਮੈਨੂੰ ਬਚਾ ਲੈਣਗੇ ਅੱਜ ਨਹੀਂ ਤਾਂ ਕੱਲ ਹੁਣ ਉਹ ਜਿਹੜੀ ਆ ਉਮੀਦ ਇੱਕ ਤਰੀਕੇ ਨਾਲ ਖਤਮ ਹੋ ਗਈ ਲੱਗਦੀ ਸੋਣ ਵਾਲੇ ਦਿਨਾਂ 'ਚ ਦੇਖਾਂਗੇ ਊਠ ਕਿਸ ਘਰ ਵਿੱਚ ਬੈਠਦਾ ਕਾਨੂੰਨਦਾਰਾ ਕਿਧਰ ਪਾਸੇ ਨੂੰ ਟੁਰਦਾ ਅਗਲੀਆਂ ਕਟਨਾਵਾਂ ਕਿਹੜਾ ਮੋੜ ਲੈਂਦੀਆਂ ਨੇ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਗੱਲ ਕਰਾਂਗੇ ਉਹਨਾਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ